ਢਾਡੀ ਗੁਰਪ੍ਰੀਤ ਸਿੰਘ ਅਠੂਰ ਤੇ ਵਾਹਿਗੁਰੂ ਪਾਲ ਸਿੰਘ ਬੁਰਜ ਕਲਾਰਾਂ ਪੇਸ਼ ਕਰਦੇ ਹਨ ਸਾਜਨ ਸਟੂਡੀਓ ਦੀ ਭੇਟ ਢਾਡੀ ਕੁਲਵੰਤ ਸਿੰਘ ਅਠੂਰ ਵਾਲਿਆਂ ਦੇ ਬੋਲ। ਪਾਸ਼ਾ ਦੇ ਸਿਰ ਲੱਥ ਜੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜ਼ਿਕਰ ਕਰਨ ਲੱਗੇ ਹਾਂ, ਜਿਨ੍ਹਾਂ ਨੇ ਆਪਣਾ ਤਨ ਮਨ ਕੌਮ ਦੇ ਲੇਖੇ ਲਾਇਆ। ਉਧਰ ਅਹਿਮਦ ਸ਼ਾਹ ਅਬਦਾਲੀ ਨੇ ਅਨੇਕਾਂ ਜ਼ੁਲਮ ਢਾਹੇ, ਪਰ ਸਿੰਘਾਂ ਨੇ ਮੂੰਹ ਤੋੜਵੇਂ ਜਵਾਬ ਦਿੱਤੇ। ਸਿੰਘਾਂ ਦੇ ਹੌਸਲੇ ਬੁਲੰਦ ਦੇਖ ਕੇ ਆਪਣੇ ਪੁੱਤਰ ਤੈਮੂਰ ਸ਼ਾਹ ਤੇ ਜਹਾਨ ਖਾਨ ਨੂੰ ਸੈਨਾਪਤੀ ਬਣਾ ਕੇ ਨਾਲ ਅਨੇਕਾਂ ਫੌਜਾਂ ਦੇ ਕੇ ਤੋਰਿਆ। ਉਹ ਲਾਹੌਰ ਹੁੰਦੇ ਹੋਏ ਅੰਮ੍ਰਿਤਸਰ ਸਾਹਿਬ ਤੇ ਆ ਹਮਲਾ ਕੀਤਾ। ਇੱਧਰ ਗੁਰੂ ਕਾ ਖਾਲਸਾ ਭੁੱਖੇ ਸ਼ੇਰ ਵਾਂਗ ਬੈਰੀ ਰਲਦੇ ਪਿਆ, ਅਨੇਕਾਂ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਜਥੇਦਾਰ ਸਮੇਤ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਆਖਿਰ ਜਹਾਨ ਖਾਨ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਤੇ ਆ ਕਬਜ਼ਾ ਕੀਤਾ। ਗੁਰੂ ਘਰ ਦੀਆਂ ਮਾਰਦਾ ਢਾਉਣੀਆਂ ਸ਼ੁਰੂ ਕੀਤੀਆਂ। ਤਾਲ ਸਰੋਵਰ ਪੂਰੇ ਜਾ ਰਿਹਾ ਸੀ, ਮਾਧੇ ਰੱਜੇ ਜੁਰਮਾਨੇ ਮੁਜਰੇ ਕਰਵਾਉਣ ਲੱਗੇ। ਇਸ ਜ਼ੁਲਮ ਦੀਆਂ ਖਬਰਾਂ ਭਾਈ ਬਲੀ ਸਿੰਘ ਨੇ ਜਾ ਕੇ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਦੇ ਹੇ ਕਿਉਂ ਪੇਸ਼ ਕੀਤੀਆਂ। ਸ਼ੂਕ ਦੇ